दोस्तों संग्राम टीवी दे रोजाना प्रोग्राम अज दी गल च तुहाडा स्वागत है। परसों दी खबर आ रही है, अज भी वह काफ़ी ज़्यादा है कि भारत ते चीन ने जिहड़ी उहनां दी सरहद दे नाल दोवें पासे वह गश्त करदे सी, उस गश्त दे बारे च जिहड़ा 2020 दे विच उहनां आपस च लड़ाई झगड़ा होया सीगा उस नूं शांतिपूर्ण तरीके नाल हल कर लिया, तो वह दोन्ने धिरां एक दसे हुए रस्ते दे उत्ते अपना गश्त कर सकणगियां। ਇਹ ਭਾਰਤ ਤੇ ਚੀਨ ਦੇ ਸਮੁੱਚੇ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਹੈ। ਤੇ ਇਸੇ ਤਰ੍ਹਾਂ ਨਾਲ ਹੁਣ ਉਸ ਨੂੰ ਗਾਹਾਂ ਤੋਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਜੀ ਰਸ਼ੀਆ ਦੇ ਸ਼ਹਿਰ ਕਜ਼ਾਨ 'ਚ ਗਏ ਹੋਏ ਆ। ਉੱਥੇ ਬ੍ਰਿਕਸ ਦੇਸ਼ਾਂ ਦਾ ਆਪਸੀ ਸੰਮੇਲਨ ਹੋ ਰਿਹਾ ਹੈ, ਉਹ 'ਚ ਚੀਨ ਵੀ ਹੈ, ਰੂਸ ਵੀ ਹੈ, ਭਾਰਤ ਵੀ ਹੈ, ਦੱਖਣੀ ਅਫਰੀਕਾ ਵੀ ਹੈ, ਬ੍ਰਾਜ਼ੀਲ ਵੀ ਹੈ ਅਤੇ ਕੁਛ ਦੇਸ਼ ਹੋਰ ਵੀ ਨੇ। ਉੱਥੇ ਉਹਨਾਂ ਨੇ ਕੱਲ੍ਹ ਪੂਤਿਨ ਦੇ ਨਾਲ ਗੱਲਬਾਤ ਕੀਤੀ ਹੈ ਵੀ ਯੂਕਰੇਨ ਦੇ ਨਾਲ ਕੋਈ ਜੇ ਸੰਬੰਧ ਠੀਕ ਹੋ ਸਕਦੇ ਹੈ, ਲੜਾਈ ਬੰਦ ਹੋ ਸਕਦੀ ਹੈ ਤਾਂ ਭਾਰਤ ਉਹ ਰੋਲ ਕਰ ਸਕਦਾ। ਅਸੀਂ ਤਾਂ ਬਹੁਤ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਭਾਰਤ ਇਹਨਾਂ ਦੇਸ਼ਾਂ ਦਾ ਆਗੂ ਰਿਹਾ ਆਪਣੀ ਜਿਹੜੀ ਨੌਨ ਅਲਾਈਨਡ ਮੂਵਮੈਂਟ ਦੇ ਜ਼ਰੀਏ, ਜਿਹੜੀ ਗੁੱਟਨਰਲੇਪ ਲਹਿਰ ਹੈ ਉਸ ਦੇ ਜ਼ਰੀਏ ਬਹੁਤ ਸਾਰੇ ਦੇਸ਼ ਭਾਰਤ ਦੀ ਅਗਵਾਈ ਦੇ ਵਿੱਚ ਅਜਿਹਾ ਰੋਲ ਕਰਦੇ ਰਹੇ ਹੈ। ਅਤੇ ਭਾਰਤ ਨੂੰ ਇਹ ਰੋਲ ਸ਼ੁਰੂ ਤੋਂ ਹੀ ਕਰਨਾ ਚਾਹੀਦਾ ਸੀ, ਨਾ ਸਿਰਫ ਰੂਸ ਯੂਕਰੇਨ ਦੇ ਸੰਬੰਧ 'ਚ ਬਲਕਿ ਇਜ਼ਰਾਈਲ ਅਤੇ ਹਮਾਸ ਦੇ ਸੰਬੰਧ 'ਚ ਵੀ। ਅਤੇ ਦੇਖੋ ਇਹਦਾ ਕੀ ਨਤੀਜਾ ਆਉਂਦਾ। ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਰੂਸ ਦੀ ਅਤੇ ਆਪਣੇ ਭਾਰਤ ਅਤੇ ਚੀਨ ਦੀ ਜਿਹੜੀ ਇਹ ਆਪਸ 'ਚ ਗੱਲ ਹੋਈ ਹੈ ਉਹ ਅੱਜ ਸ਼ੀ ਜਿਨਪਿੰਗ ਚੀਨ ਦੇ ਆਗੂ ਅਤੇ ਮੋਦੀ ਜੀ ਦੇ ਵਿਚਕਾਰ ਮੀਟਿੰਗ ਵੀ ਹੋਣੀ ਹੈ। ਇਹ ਤਾਂ ਸੰਭਵ ਹੋਈ ਹੈ ਜੇ ਦੋਨੇ ਧਿਰਾਂ ਨੇ ਚਾਹੇ ਗਾਹੇ ਵਗਾਹੇ ਦੋਨਾਂ ਧਿਰਾਂ ਵੱਲੋਂ ਕੜਵੇ ਬਿਆਨ ਆਉਂਦੇ ਜਾਂਦੇ ਰਹੇ, ਪਰ ਇਹਦੇ ਬਾਵਜੂਦ ਜਿਹੜੀ ਗੱਲਬਾਤ ਹੈ ਉਹ ਨਹੀਂ ਟੁੱਟਣ ਦਿੱਤੀ, ਲਗਾਤਾਰ ਗੱਲਬਾਤ ਰਹੀ, ਟੇਬਲ ਦੇ ਉੱਤੇ ਦੋਨੇ ਧਿਰਾਂ ਰਹੀਆਂ। ਉਹਨਾਂ ਦੇ ਰਾਜਨੀਤਿਕ ਲੋਕ ਵੀ ਰਹੇ, ਕੂਟਨੀਤਿਕ ਲੋਕ ਵੀ ਰਹੇ, ਫੌਜ ਦੇ ਅਧਿਕਾਰੀ ਵੀ ਰਹੇ। ਇਹਨਾਂ ਗੱਲਾਂ ਬਾਤਾਂ ਦੇ ਜਿਹੜਾ ਸਿੱਟ ਹੈ, ਜਿਹੜਾ ਇਹ ਇੰਨਾ ਤਹੱਮਲ ਰੱਖਿਆ ਦੋਨੇ ਧਿਰਾਂ ਨੇ ਕਿ ਵੱਡੀ ਪੱਧਰ 'ਤੇ ਕੋਈ ਲੜਾਈ ਝਗੜਾ ਨਹੀਂ ਕੀਤਾ, ਅਤੇ ਉਹ ਇਹਨਾਂ ਦਾ ਦੋਨਾਂ ਨੂੰ ਸ਼ਾਬਾਸ਼ ਜਾਂਦੀ ਹੈ, ਅਸੀਂ ਚਾਹੁੰਦੇ ਹਾਂ। ਦੂਜਾ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਕੁਛ ਦਿਨ ਪਹਿਲਾਂ ਜਿਹੜੀ SCO ਮੀਟਿੰਗ ਹੋਈ ਸੀ, ਸ਼ੰਘਾਈ ਕੋਆਪਰੇਸ਼ਨ ਔਰਗੇਨਾਈਜੇਸ਼ਨ ਦੀ ਮੀਟਿੰਗ, ਉਹਦੇ 'ਚ ਸਾਡੇ ਦੇਸ਼ ਦੇ ਜਿਹੜੇ ਵਿਦੇਸ਼ ਮੰਤਰੀ ਹੈ ਸ਼੍ਰੀ SJYSHANKAR ਜੀ, ਉਹ ਉੱਥੇ ਗਏ ਸੀ, ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ, ਅਤੇ ਉਹਦਾ ਨਤੀਜਾ ਚੰਗਾ ਇਹ ਨਿਕਲਿਆ ਕਿ ਕੱਲ੍ਹ ਭਾਰਤ ਨੇ ਜਿਹੜਾ ਸਾਡਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘ ਹੈਗਾ ਜਿਹੜਾ 2019 ਸ਼ੁਰੂ ਹੋਇਆ ਸੀ, ਅਤੇ ਪੰਜਾਬੀਆਂ ਦੀਆਂ ਖਾਸ ਤੌਰ 'ਤੇ ਸਿੱਖਾਂ ਦੀਆਂ ਭਾਵਨਾਵਾਂ ਇਸ ਗੱਲ ਨਾਲ ਜੁੜੀਆਂ ਹੋਈਆਂ ਨੇ ਕਿ ਉਹ ਲਾਂਘਾ ਜਾਰੀ ਰਹਿਣਾ ਚਾਹੀਦਾ। ਉਸ ਲਾਂਘਾ ਦੇ ਦਾ ਜਿਹੜਾ ਜਿਹੜਾ ਸਮਝੌਤਾ ਸੀ ਉਹ 5 ਸਾਲ ਲਈ ਸੀ, ਅਤੇ ਕੱਲ੍ਹ ਨੂੰ 24 ਅਕਤੂਬਰ ਨੂੰ ਉਹ ਸਮਝੌਤਾ ਖਤਮ ਹੋ ਜਾਣਾ ਸੀ, ਅਤੇ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਨੇ ਉਹ ਸਮਝੌਤੇ ਨੂੰ 5 ਸਾਲ ਲਈ ਹੋਰ ਐਕਸਟੈਂਡ ਕਰਤਾ, ਰਿਨਿਊ ਕਰ ਲਿਆ। ਇਹ ਇੱਕ ਚੰਗੀ ਵਧੀਆ ਗੱਲ ਹੈ। ਅਤੇ ਭਾਰਤ ਨੇ ਜਦੋਂ 2020-19 ਦੇ ਜਿਹੜਾ 2020 ਦੇ ਵਿੱਚ ਜਦੋਂ ਕਰੋਨਾ ਆਇਆ ਤਾਂ ਉਹ ਆਉਣਾ ਜਾਣਾ ਬੰਦ ਹੋ ਗਿਆ। ਅਸੀਂ ਆਸ ਕਰਾਂਗੇ ਕਿ ਦੋਨੇ ਦੇਸ਼ ਇਸ ਗੱਲ ਨੂੰ ਮਿਲ ਬੈਠ ਕੇ ਜਿਹੜਾ ਇੱਧਰੋਂ ਲੋਕਾਂ ਦਾ ਜਾਣਾ ਹੈ ਦਰਸ਼ਨ ਕਰਨ ਜਾਂ ਪਾਕਿਸਤਾਨ ਦੇ ਵਿੱਚ ਇਸ ਰਸਤੇ ਦੇ ਰਾਹੀਂ, ਉਹਨੂੰ ਦੁਬਾਰਾ ਖੋਲ੍ਹਿਆ ਜਾਵੇ ਅਤੇ ਇਹਦੀਆਂ ਜਿਹੜੀਆਂ ਰੁਕਾਵਟਾਂ ਨੇ ਉਹ ਬੰਦ ਕੀਤੀਆਂ ਜਾਣ, ਰੁਕਾਵਟਾਂ ਹਟਾਈਆਂ ਜਾਣ ਤਾਂ ਕਿ ਜਿਹੜੇ ਲੋਕ ਹੈ ਉਹ ਇੱਧਰ ਉੱਧਰ ਜਾ ਸਕਣ। ਦੂਜੀ ਗੱਲ ਇਹ ਅਸੀਂ ਕਹਿਣਾ ਚਾਹੁੰਦੇ ਸੀਗੇ। ਦੂਸਰਾ ਦੋਸਤੋ, ਜਿਹੜੀ NI ਇੱਕ ਜਿਹੜਾ CA ਦੇ ਵਿਰੁੱਧ ਜਿਹੜਾ ਅੰਦੋਲਨ ਹੋਇਆ ਦੇਸ਼ ਭਰ ਦੇ ਵਿੱਚ, ਆਸਾਮ ਦੇ ਵਿੱਚ ਵੀ ਉਸ ਅੰਦੋਲਨ ਦੀ ਦੇ ਵਿੱਚ ਇੱਕ ਕਿਸਾਨ ਆਗੂ ਸੀ ਅਖਿਲ ਗੋਗੋਈ, ਉਸ ਨੂੰ ਗ੍ਰਿਫਤਾਰ ਕੀਤਾ ਸੀ ਉਸ ਟਾਈਮ ਪੁਲਿਸ ਨੇ, ਅਤੇ ਉਹ 18 ਮਹੀਨੇ ਜੇਲ੍ਹ 'ਚ ਰਿਹਾ ਸੀ, ਅਤੇ ਇੰਨੇ ਨੂੰ ਆਸਾਮ ਦੀਆਂ ਚੋਣਾਂ ਆ ਗਈਆਂ ਅਤੇ ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋਇਆ ਅਖਿਲ ਗੋਗੋਈ, ਆਸਾਮ ਦਾ ਜਿਹੜਾ ਹਲਕਾ ਹੈਗਾ ਸ਼ਿਵ ਸਾਗਰ ਉੱਥੋਂ MLA ਬਣ ਗਿਆ ਸੀਗਾ। ਅਤੇ ਉਸ ਤੋਂ ਬਾਅਦ ਜਿਹੜੀ NIA ਹੈ ਉਹਨੇ 3 ਸਾਲ ਪਹਿਲਾਂ 2021 ਦੇ ਵਿੱਚ ਉਹਨੂੰ ਕਲੀਨ ਚਿੱਟ ਦਿੱਤੀ ਸੀ ਅਤੇ ਉਹਨੂੰ ਦੋਸ਼ ਮੁਕਤ ਕਰਾਰ ਦਿੱਤਾ ਸੀ। ਹੁਣ ਫਿਰ ਦੁਬਾਰਾ ਪਤਾ ਨਹੀਂ ਕੀ ਦਰਦ ਉੱਠਿਆ NIA ਨੂੰ, ਉਸ ਨੂੰ UAPA ਦੇ ਵਿੱਚ ਨਾਮਜ਼ਦ ਕਰਤਾ, ਉਹਦੇ 'ਤੇ UAPA ਦੀਆਂ ਧਾਰਾਵਾਂ ਲਾਤੀਆਂ ਅਤੇ ਉਹਨੂੰ ਦੁਬਾਰਾ ਫਿਰ ਹੁਣ ਜੇਲ੍ਹ 'ਚ ਸੁੱਟਣ ਦੀਆਂ ਤਿਆਰੀਆਂ ਨੇ। ਇਹ
असी महसूस करते हैं संग्राम टीवी वालों भी ये जिहड़ा स्टेट का जिहड़ा जाबर हथकंडा है ये बिल्कुल ही गलत है ते ये इस तरह दा दियां वरतों नहीं होनियां चाहीदियां ते देश दियां अदालतां नूं भी इस इन्हां मसलियां दे उत्ते थोड़ा ज़्यादा ध्यान देण दी लोड़ है भी लोकां दियां जिहड़ियां शहरी आजादियां ने वह दबाइयां ना जाण। अगली गल दोस्तों भी जिवें बंबां दियां अफवाहां आ रहियां ने हर फ्लाइट दे विच वो तो रिकॉर्ड ही टुट गए। सोमवार ते मंगलवार, सोमवार शाम तो ते मंगलवार सवेर तक तकरीबन 80 बंब होण दियां अफवाहां चलियां भी इन्हां फ्लाइटां च बंब ने रखे हुए ते पहला पिछले हफ्ते तो ये चल रहा है ते 150 तो वध हो गई गिणती लगभग। ये एक बड़े चिंता का विषय है। कल ये भी खबर आ गई भी दिल्ली के एक दो स्कूल तो इस तरह जिहड़ा बंगलौर का एक दो स्कूल है उन्होंने बंब नाल उड़ाउण दियां धमकियां आ गई। दोस्तों ये बड़िया खतरनाक गल्लां ने। पता नहीं देश की सरकार, देश का गृह मंत्रालय, देश दियां जिहड़ियां अंदरूनी सुरक्षा दियां जिहड़ियां एजेंसियां ने वो पता नहीं कित्थे सुत्तियां पईयां ने कि इन्हां गल्लां दा धुरा जिहड़ा इन्हां दा खुरा खोज है वह लभ नहीं सकियां हाले तक। हाँ एक गल जरूर है कि कुछ देर पहला एक छत्तीसगढ़ का एक 17 साल का मुंडा जिहड़ा 11वीं चो फेल होकर दुकान करता सी उन्हें अपने गुआंढी मुस्लिम नूं फसाउण लई उहदे नां दे उत्ते जाली आई डीज़ बना के 3 अंतरराष्ट्री फ्लाइटां नूं इस तरह बंब नाल उड़ाउण की धमकी दित्ती सी। जिहड़ी अफवाह निकली सी ते बंबे की पुलिस ने उहनूं फड़ लिया सी आ के ते उहनूं बंबे दे विच इक जिहड़ा हुंदा हैगा जिहड़े बच्चे है जिहड़े 18 साल तो छोटे है उन्होंने जिथे रख्या जाता उन्हों का सुधार कर उ रख्या होया। कल खबर ये आ गई कि वह जोड़ा उत्थे रख्या होया उजे मुंडे उ होर भी रखे हुए है जोड़े 18 साल तो छोटे है। ये 17 साल का एक 16 साल के मुंडे ने जो ये बाथरूम च गया तो ये कुकर्म किया खबर भी विचों आई है। ये भी खबर अपने आप बहुत ही निंदन योग तो माड़ी है तो सरकार पता नहीं कितने बैठिया ने। जिस किस्म दियाँ यह अफवाहों का दौर चल रहा है इस दौर दे विच वादा मनी दे फैलण दे पूरे चांस है। दूजे बन्ने जदों इस नूं गैंगस्टर कल्चर दे नाल मिला के देखिया जा रहा है तां इह होर भी माड़ी गल है कि सारे देश दे लोकां दे विच इक इनसिक्योरिटी की असुरक्षा की भावना इन्हां नाल पैदा हो रही है। सरकार नूं इहदे ते सख्ती नाल काम करदिआं होइआं जिहड़े इह ने इन्हां दे पिछे दीआं गल्लां एजेंसीज कोई व्यक्ति उन्हां दा खुरा खोज मिटाउणा चाहीदा है। अखिल गगोई तां MLA है उहनूं तां तुसीं UAP दे विच तक रहे हो आ जिहड़े व्यक्ति हैं इन्हां दा पता नहीं कर लग रहा की करोगे। अगली गल दोस्तों लास्ट जिहड़ी मैं तुहाडे नाल करनी चाहुंदा कल 22 अक्तूबर नूं साडे देश दे एक महान शहीद अशफाकुल्ला खान का जन्मदिन सीगा। अशफाकुल्ला खान जिहड़े राम प्रसाद बिस्मिल शहीद रोशन सिंह ते होरां दे नाल इन्हां नूं 19 दसंबर नूं फांसियां ते लटका दिता गया सी। इन्हां नूं ककोरी केस दे संबंध च गिरफ़्तार किया सी। ककोरी केस है जिहड़ा उहदे ते शहीद भगत सिंह ते उहनां दे साथियां ने इन्हां नूं छडाउण लई भी इन्हां नूं जेल चों छडाइए ते तां कि बाहर आ के काम होवे इनकलाबी काम स्कीम बनाई सी पर उह स्कीम विचाले रह गई कि गांह सिरे नहीं चढ़ सकी ते इन्हां नूं फांसी ते टंग दिता गया सी। असीं इस शहीद अशफाकुल्ला खान के इस जन्मदिन के उत्ते उन्होंने इनकलाबी श्रद्धांजलि देंदे हाँ। तो उन्होंने कहा सीगा भी मेरा दिल गरीब किसानों ते दुखी मजदूरों लिए हमेशा दुखी रहिंदा है। साडे शहरां दी जिहड़ी रौनक है वो इन्हां लोकां दे करके ही है। माण है कि सारे कम इन्हां दे दी वजह करके ही हो रहे हैं। इस गल का सानू माण है जानी वह मजदूर किसानों नू प्यार करते सी ते मजदूर किसानों का राज लेके आना चाहते सी। उन्हां दा भरा जिहड़ा जिहड़ा राम प्रसाद बिस्मिल का क्लासमेट सीगा उहदा जमाती सी ते राम प्रसाद बिस्मिल एक बहुत अच्छा शायर सीगा इनकलाबी भी सी। इन्हां दी दोस्ती बनी ये भी माड़ी मोटी शायरी करदा सी ते दोने शायर बने ते इनकलाबी बने। काकोरी केस च हिस्सा लिया ते दोने देश की आज़ादी लई हस हस के फांसियां ते चढ़ गई। कहा जांदा है भी जदों इहनूं फांसी लई लैके गए तो इन्हें अपने आप ही अपने हाथ नाल अपने गल दे विच फांसी दा रस्सा पा लिया ते छड्डण लग्गिया
उन्हें जो कहा वो इस तरह कहा, क्योंकि 19 दिसंबर 1927 में यह फांसी लाई गई सी, कुछ आरजू नहीं है, आरजू है तो बस ये कि रख दे कोई जरा सी खाक के वतन कफन में।